ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਉਮੀਦ ਕਰਦੀ ਹਾਂ ਸਾਰੇ ਜਣੇ ਵਧੀਆ ਹੋਵੋਗੇ, ਠੀਕ ਠਾਕ ਹੋਵੋਗੇ। ਸਵਾਗਤ ਹੈ ਜੀ ਤੁਹਾਡਾ ਆਪਣੇ ਯੂਟਿਊਬ ਚੈਨਲ 'ਤੇ ਅੱਜ ਦੀ ਵੀਡੀਓ ਦੇ ਵਿੱਚ। ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਹੁਣ ਸਮਰ ਆ ਜਿਹੜੀ ਉਹ ਸਟਾਰਟ ਹੋ ਚੁੱਕੀ ਆ, ਠੀਕ ਆ। ਟਾਈਟਲ ਤੁਸੀਂ ਪੜ੍ਹ ਲਿਆ ਹੋਣਾ ਗਾ ਬਲੌਗ ਦਾ ਵੀ ਅੱਜ ਦਾ ਬਲੌਗ ਕਿਹੜਾ ਗਾ, ਅਤੇ ਅੱਜ ਦਾ ਬਲੌਗ ਜਿਹੜਾ ਹੈਗਾ ਗਾ ਜੀ ਉਹ ਤੁਹਾਨੂੰ ਪਤਾ ਹੀ ਆ ਵੀ ਆਪਾਂ ਸਮਰ ਦਾ ਮੇਕਅਪ ਕਰਨਾ ਗਾ, ਠੀਕ ਆ। ਸਮਰ ਦੇ ਵਿੱਚ ਆਪਾਂ ਜਲਦੀ ਤੋਂ ਜਲਦੀ ਕਿੱਦਾਂ ਦਾ ਮੇਕਅਪ ਕਰ ਸਕਦੇ ਹਾਂ ਜਿਹੜਾ ਸਾਰਾ ਦਿਨ ਸਟੇ ਵੀ ਕਰੇ, ਠੀਕ ਹੈ, ਅਤੇ ਡੱਲ ਵੀ ਨਾ ਹੋਵੇ ਅਤੇ ਸਕਿੰਨ ਆ ਜਿਹੜੀ ਆਪਣੀ ਉਹ ਬਲੈਕ ਵੀ ਨਾ ਲੱਗੇ, ਠੀਕ ਹੈ। ਕਈ ਵਾਰ ਕੀ ਹੁੰਦਾ ਗਾ ਗਰਮੀਆਂ ਦੇ ਵਿੱਚ ਮੇਕਅਪ ਆ ਜਿਹੜਾ ਉਹ ਬਲੈਕ ਲੱਗਣ ਲੱਗ ਜਾਂਦਾ, ਠੀਕ ਆ, ਜਾਂ ਆਪਣੇ ਜਿਵੇਂ ਮੇਰੇ ਪਿਗਮੈਂਟੇਸ਼ਨ ਆ, ਠੀਕ ਹੈ, ਮੇਰਾ ਮੇਕਅਪ ਹੁੰਦਾ ਜਿਹੜਾ ਉਹਦੇ ਵਿੱਚ ਪਿਗਮੈਂਟੇਸ਼ਨ ਬਿਲਕੁਲ ਨਹੀਂ ਦਿਖਦੀ। ਤਾਂ ਸਪੈਸ਼ਲੀ ਤੁਹਾਡੇ ਲਈ ਮੈਂ ਅੱਜ ਉਹੀ ਮੇਕਅਪ ਲੈ ਕੇ ਆਈ ਹਾਂ ਵੀ ਤੁਸੀਂ ਜੇ ਤੁਹਾਡੇ ਸ਼ਾਈਆਂ ਨੇ, ਠੀਕ ਆ, ਤਾਂ ਤੁਸੀਂ ਤੁਹਾਨੂੰ ਐਂ ਹੁੰਦਾ ਵੀ ਤੁਸੀਂ ਮੇਕਅਪ ਤਾਂ ਕਰ ਲੈਂਦੇ ਹੋ ਪਰ ਯਾਰ ਸ਼ਾਈਆਂ ਉਵੇਂ ਦਿਖਣ ਲੱਗ ਜਾਂਦੀਆਂ ਨੇ, ਤਾਂ ਆਪਣੀ ਪਿਗਮੈਂਟੇਸ਼ਨ ਨੂੰ ਤੁਸੀਂ ਕਿਵੇਂ ਕਵਰ ਕਰ ਸਕਦੇ ਹੋ, ਠੀਕ ਆ, ਕਿਸ ਤਰੀਕੇ ਨਾਲ ਕਵਰ ਕਰ ਸਕਦੇ ਹੋ, ਤਾਂ ਉਹ ਵਾਲਾ ਮੇਕਅਪ ਆ ਜਿਹੜਾ ਮੈਂ ਤੁਹਾਡੇ ਲਈ ਲੈ ਕੇ ਆਈ ਹਾਂ। ਕਾਫੀ ਸਾਰੇ ਕੁਐਸਚਨ ਸੀਗੇ, ਆਲਮੋਸਟ ਮੈਨੂੰ ਸਨੈਪਚੈਟ 'ਤੇ ਜ਼ਿਆਦਾ ਕੁਐਸਚਨ ਆਉਂਦੇ ਹੁੰਦੇ ਆ, ਕਈ ਵਾਰ ਕੁੜੀਆਂ ਕਹਿ ਦਿੰਦੀਆਂ ਪੁੱਛਦਾ ਤਾਂ ਕੋਈ ਹੈ ਨਹੀਂ, ਹਾਂਜੀ ਯੂਟਿਊਬ 'ਤੇ ਬਹੁਤ ਘੱਟ ਕੁੜੀਆਂ ਪੁੱਛਦੀਆਂ ਹੁੰਦੀਆਂ, ਬਟ ਸਨੈਪਚੈਟ 'ਤੇ ਕਾਫੀ ਕੁਐਸਚਨਸ ਹੁੰਦੇ ਨੇ ਕੁੜੀਆਂ ਦੇ, ਠੀਕ ਆ ਵੀ ਦੀਦੀ ਸਾਨੂੰ ਆਹ ਵੀਡੀਓ ਦੱਸੋ ਆਹ ਦੱਸੋ। ਤਾਂ ਉਸੇ ਰਿਗਾਰਡਿੰਗ ਮੈਂ ਸੋਚਿਆ ਸੀਗਾ ਵੀ ਜਿਨ੍ਹਾਂ ਦੇ ਪਿਗਮੈਂਟੇਸ਼ਨ ਨੇ, ਠੀਕ ਆ, ਤਾਂ ਪਿਗਮੈਂਟੇਸ਼ਨ ਨੂੰ ਕਿਸ ਤਰ੍ਹਾਂ ਕਵਰ ਕਰ ਸਕਦੇ ਹਾਂ ਆਪਾਂ ਮੇਕਅਪ ਦੇ ਨਾਲ, ਅਤੇ ਸਮਰ ਦੇ ਵਿੱਚ ਆਪਾਂ ਜਲਦੀ ਤੋਂ ਜਲਦੀ 5 ਮਿੰਟਾਂ ਦੇ ਵਿੱਚ ਕਿੱਦਾਂ ਰੈਡੀ ਹੋ ਸਕਦੇ ਹਾਂ, ਠੀਕ ਆ, ਕਿਹੜੀਆਂ ਕਿਹੜੀਆਂ ਚੀਜ਼ਾਂ ਦੀ ਜ਼ਰੂਰਤ ਆ, ਠੀਕ ਆ, ਅਤੇ ਕਿੱਦਾਂ ਤੁਸੀਂ ਮੇਕਅਪ ਕਰ ਸਕਦੇ ਹੋ, ਠੀਕ ਹੈ, ਜਿਹੜਾ ਸਾਰਾ ਦਿਨ ਸਟੇ ਵੀ ਰਹੇ ਅਤੇ ਜ਼ਿਆਦਾ ਪਸੀਨਾ ਵੀ ਨਾ ਆਵੇ। ਤਾਂ ਆਪਾਂ ਕਰਨ ਲੱਗਿਆਂ ਉਹ ਵਾਲਾ ਮੇਕਅਪ ਅੱਜ ਸਟਾਰਟ। ਸਭ ਤੋਂ ਪਹਿਲਾਂ ਤਾਂ ਤੁਹਾਨੂੰ ਕੀ ਚਾਹੀਦਾ, ਸਮਰ ਦੇ ਵਿੱਚ ਦੇਖੋ ਆਪਾਂ ਸਟਾਰਟ ਕਰਨਾ ਹੁੰਦਾ ਗਾ ਵੀ ਆਪਾਂ ਜਿਹੜਾ ਸਾਰੇ ਦਿਨ ਦੇ ਵਿੱਚ ਸਨਸਕ੍ਰੀਨ ਜ਼ਰੂਰ ਯੂਜ਼ ਕਰਨੀ ਹੁੰਦੀ ਆ, ਠੀਕ ਹੈ, ਅਤੇ ਸਭ ਤੋਂ ਪਹਿਲਾਂ ਤਾਂ ਅੱਜ ਆਪਾਂ ਸਟਾਰਟ ਕਰਾਂਗੇ ਜਿਵੇਂ ਮੇਰੇ ਜਿਹੜਾ ਸਕਿੰਨ ਕੇਅਰ ਵਾਲਾ ਚੱਲ ਰਿਹਾ ਗਾ। ਪਿਛਲੇ ਬਲੌਗ ਦੇ ਵਿੱਚ ਤੁਸੀਂ ਦੇਖਿਆ ਹੋਣਾ ਵੀ ਮੈਂ ਮੋਹਾਲੀ ਗਈ ਸੀ ਆਪਦਾ ਸਕਿੰਨ ਟ੍ਰੀਟਮੈਂਟ ਕਰਵਾਉਣ, ਤਾਂ ਉਹਦੀ ਕਿੱਟ ਦੇ ਵਿੱਚ ਮੇਰੇ ਕੋਲ ਪ੍ਰੋਡਕਟ ਦਿੱਤੇ ਹੋਏ ਆ। ਸਭ ਤੋਂ ਪਹਿਲਾਂ ਤਾਂ ਮੈਂ ਈਕਲੈਟ ਦਾ, ਠੀਕ ਆ, ਸੀ ਪਲੱਸ ਜਿਹੜਾ ਵਿਟਾਮਿਨ ਸੀ ਸੀਰਮ ਆ, ਠੀਕ ਆ, ਇਹ ਯੂਜ਼ ਕਰਦੀ ਹੁੰਦੀ ਹਾਂ, ਇਹ ਮੈਂ ਯੂਜ਼ ਕਰ ਚੁੱਕੀ ਹਾਂ, ਵੀਡੀਓ ਮੈਂ ਬਾਅਦ 'ਚ ਬਣਾ ਰਹੀ ਹਾਂ। ਇਹ ਯੂਜ਼ ਕਰਨ ਤੋਂ ਬਾਅਦ ਦੈਨ ਇਸ ਤੋਂ ਬਾਅਦ ਮੈਂ ਯੂਜ਼ ਕਰਦੀ ਹੁੰਦੀ ਹਾਂ ਸਨਸਕ੍ਰੀਨ, ਠੀਕ ਹੈ। ਤਾਂ ਸਨਸਕ੍ਰੀਨ ਆਪਾਂ ਯੂਜ਼ ਕਰਾਂਗੇ ਈਕਲੈਟ ਦੀ, ਠੀਕ ਹੈ, 50+ SPF। ਇਹ ਵੀ ਮੇਰੀ ਸਕਿੰਨ ਕੇਅਰ ਵਾਲੀ, ਠੀਕ ਹੈ, ਕਿੱਟ ਦੇ ਵਿੱਚ ਉਹਨਾਂ ਨੇ ਦਿੱਤੀ ਸੀਗੀ ਨਾਲ। ਤਾਂ ਇਹ ਜਿਹੜੀ ਹੈਗੀ ਆ ਬਹੁਤ ਹੀ ਜ਼ਿਆਦਾ ਵਧੀਆ ਗੀ ਸਨਸਕ੍ਰੀਨ, ਇਹ ਵਾਲੀ ਸਨਸਕ੍ਰੀਨ ਇੰਨੀ ਕੁ ਜ਼ਿਆਦਾ ਬੈਸਟ ਆ, ਜਦੋਂ ਆਪਾਂ ਇਹਨੂੰ ਯੂਜ਼ ਕਰ ਲੈਂਦੇ ਹਾਂ ਤਾਂ ਸਕਿੰਨ ਆਟੋਮੈਟਿਕ ਹੀ ਬਹੁਤ ਜ਼ਿਆਦਾ ਸੋਹਣੀ ਪ੍ਰਿਪੇਅਰ ਹੋ ਜਾਂਦੀ ਹੈ। ਹਾਂਜੀ, ਇੱਕ ਚੀਜ਼ ਹੋਰ, ਜਦੋਂ ਵੀ ਤੁਸੀਂ ਸਨਸਕ੍ਰੀਨ ਯੂਜ਼ ਕਰਦੇ ਹੋ ਤਾਂ ਘੱਟੋ ਘੱਟ 15 ਮਿੰਟ ਤੱਕ, ਠੀਕ ਹੈ, ਰੂਮ ਦੇ ਵਿੱਚ ਹੀ ਰਹਿਣਾ ਹੁੰਦਾ, 15 ਮਿੰਟ ਤੋਂ ਬਾਅਦ ਧੁੱਪ ਦੇ ਵਿੱਚ ਨਿਕਲਿਆ ਕਰੋ ਜੇ ਤੁਸੀਂ ਸਨਸਕ੍ਰੀਨ ਯੂਜ਼ ਕੀਤੀ ਆ। ਹਾਂਜੀ, ਤਾਂ ਆਪਾਂ ਸਨਸਕ੍ਰੀਨ ਯੂਜ਼ ਕਰ ਲਈਆ, ਠੀਕ ਹੈ, 2 ਮਿੰਟ ਸਨਸਕ੍ਰੀਨ ਨੂੰ ਇਸੇ ਤਰ੍ਹਾਂ ਲਗਾ ਕੇ ਰੱਖ ਕੇ ਦੈਨ ਆਪਾਂ ਇਸ ਤੋਂ ਬਾਅਦ ਯੂਜ਼ ਕਰਾਂਗੇ ਪ੍ਰਾਈਮਰ। ਜਿਹੜਾ ਪ੍ਰਾਈਮਰ ਮੈਂ ਯੂਜ਼ ਕਰ ਰਹੀ ਹਾਂ ਇਹ ਮੈਂ ਕਰ ਰਹੀ ਹਾਂ ਸਵਿਸ ਬਿਊਟੀ ਦਾ, ਤੁਸੀਂ ਦੇਖ ਸਕਦੇ ਹੋ ਸਵਿਸ ਬਿਊਟੀ ਦਾ, ਠੀਕ ਹੈ, ਮੇਕਅਪ ਪ੍ਰਾਈਮਰ। ਇਹਦਾ ਰਿਜ਼ਲਟ ਜਿਹੜਾ ਹੈਗਾ ਬਹੁਤ ਹੀ ਜ਼ਿਆਦਾ ਵਧੀਆ ਇਹਦਾ ਰਿਜ਼ਲਟ ਆ, ਮੈਨੂੰ ਹੁਣ ਤੱਕ ਦਾ ਜਿਹੜਾ ਸਵਿਸ ਬਿਊਟੀ ਦਾ ਪ੍ਰਾਈਮਰ ਆ ਉਹ ਬਹੁਤ ਜ਼ਿਆਦਾ ਬੈਸਟ ਲੱਗਿਆ।
ਹਾਂਜੀ ਪ੍ਰਾਈਮਰ ਆਪਾਂ ਹੁਣ ਯੂਜ਼ ਕਰ ਲਿਆ ਹੈਗਾ ਤਾਂ ਹੁਣ ਇਹਨੂੰ ਆਪਾਂ 2 ਮਿੰਟ ਦੇ ਲਈ ਛੱਡ ਦਾਂਗੇ। ਠੀਕ ਹੈ ਜੀ। ਹਾਂਜੀ ਤਾਂ ਹੁਣ ਆਪਾਂ 2 ਮਿੰਟ ਪ੍ਰਾਈਮਰ ਛੱਡਣ ਤੋਂ ਬਾਅਦ, ਠੀਕ ਆ, ਮੈਂ ਤੁਹਾਨੂੰ ਸਪੈਸ਼ਲ ਦੱਸਿਆ ਹੈਗਾ ਵੀ ਛਾਈਆਂ ਵਾਸਤੇ ਆਪਾਂ ਆਪਦੀਆਂ ਛਾਈਆਂ ਨੂੰ ਕਿੱਦਾਂ ਕਵਰ ਕਰ ਸਕਦੇ ਹਾਂ। ਕਈ ਵਾਰ ਨਹੀਂ ਪਤਾ ਹੁੰਦਾ ਹੈ ਨਾ, ਆਲਮੋਸਟ ਆਪਾਂ ਮੇਕਅਪ ਵਾਲੀਆਂ ਵੀਡੀਓਜ਼ ਦੇਖਦੇ ਹੁੰਦੇ ਹਾਂ ਪਰ ਕਈ ਵਾਰ ਆਪਾਂ ਨੂੰ ਉਹ 'ਤੇ ਸਮਝ ਨਹੀਂ ਆਉਂਦੀ ਹੁੰਦੀ, ਤਾਂ ਮੈਂ ਆਪਦੀਆਂ ਛਾਈਆਂ ਨੂੰ ਕਿੱਦਾਂ ਕਵਰ ਕਰਦੀ ਹਾਂ ਉਹ ਕਰਦੀ ਹਾਂ। ਮੈਂ ਐਲੇ ਗਰਲ ਦਾ ਪ੍ਰੋ ਕੰਸੀਲ ਆਉਂਦਾ ਗਾ ਇਹ ਵਾਲਾ ਰੈੱਡ ਕਲਰ ਦਾ, ਠੀਕ ਹੈ। ਤਾਂ ਰੈੱਡ ਕਲਰ ਦਾ ਐਲੇ ਗਰਲ ਦਾ ਪ੍ਰੋ ਕੰਸੀਲ ਹੁਣ ਤੱਕ ਮੈਂ ਜਦੋਂ ਦੀ ਮੇਰੀ ਮੈਰਿਜ ਹੋਈ ਆ ਮੈਂ ਇਹੀ ਕੰਸੀਲਰ ਯੂਜ਼ ਕਰਦੀ ਹਾਂ ਅਤੇ ਇਹਦੇ ਮੈਂ ਰਿਵਿਊ ਵੀ ਪੜ੍ਹੇ ਹੋਏ ਹੈਗੇ, ਮੈਂ ਉਦੋਂ ਹੀ ਲਿਆ ਸੀਗਾ ਤਾਂ ਇਹ ਬਹੁਤ ਜ਼ਿਆਦਾ ਵਧੀਆ ਹੈਗਾ। ਠੀਕ ਹੈ ਜੀ। ਇਹ ਰੈੱਡ ਕਲਰ ਦਾ, ਬਾਕੀ ਇਹਦੇ ਵਿੱਚ ਯੈਲੋ ਵੀ ਆਉਂਦਾ ਗ੍ਰੀਨ ਵੀ ਆਉਂਦਾ, ਗ੍ਰੀਨ ਅਤੇ ਯੈਲੋ ਕਿਸ ਚੀਜ਼ ਲਈ ਯੂਜ਼ ਹੁੰਦਾ ਉਹ ਮੈਂ ਤੁਹਾਨੂੰ ਦੱਸ ਦੂੰਗੀ। ਠੀਕ ਆ। ਕਈ ਵਾਰ ਆਪਣੀ ਪਿਗਮੈਂਟੇਸ਼ਨ ਬਹੁਤ ਜ਼ਿਆਦਾ ਹੁੰਦੀ ਹੈ ਡਾਰਕ ਏਰੀਆ ਜਾਂ ਡਾਰਕ ਸਰਕਲ, ਤਾਂ ਉਹਨੂੰ ਕਵਰ ਕਰਨ ਵਾਸਤੇ ਆਪਾਂ ਇਹਨੂੰ ਯੂਜ਼ ਕਰਦੇ ਹਾਂ। ਤਾਂ ਜਿੱਥੇ ਜਿੱਥੇ ਦੇਖੋ ਮੇਰੇ ਜਿਵੇਂ ਇੱਥੇ ਪਿਗਮੈਂਟੇਸ਼ਨ ਆ, ਠੀਕ ਆ, ਤਾਂ ਮੈਂ ਇਹਦੇ ਉੱਪਰ ਲਗਾ ਲਿਆ। ਜਿਵੇਂ ਮੇਰੇ ਹੁਣ ਡਾਰਕ ਸਰਕਲ ਆ ਤਾਂ ਮੈਂ ਇਹਦੇ ਉੱਪਰ ਲਗਾ ਲਿਆ। ਜਿੱਥੇ ਮੇਰੇ ਪਿੰਪਲ ਦੇ ਡਾਰਕ ਦਾਗ ਨੇ, ਕਾਲੇ ਦਾਗ ਨੇ, ਉੱਥੇ ਵੀ ਲਗਾ ਲਿਆ ਮੈਂ। ਹਾਂਜੀ ਤਾਂ ਕੰਸੀਲਰ ਨੂੰ ਆਪਾਂ ਯੂਜ਼ ਕਰ ਲਿਆ, ਠੀਕ ਹੈ। ਪ੍ਰੋ ਕੰਸੀਲ ਨੂੰ ਐਲੇਗਲ ਦਾ ਰੈੱਡ ਕਲਰ ਦਾ ਲੈਣਾ ਹੈਗਾ, ਠੀਕ ਆ। ਤਾਂ ਤੁਸੀਂ ਇਹ ਭਰ ਸਕਦੇ ਹੋ, ਤੁਹਾਨੂੰ ਕਿਤੋਂ ਵੀ ਮਿਲ ਜੂ, ਫਲਿੱਪਕਾਰਟ, ਮਿੰਤਰਾ ਤੋਂ, ਠੀਕ ਹੈ, ਐਮਾਜ਼ੋਨ ਤੋਂ ਕਿਤੋਂ ਵੀ ਮਿਲ ਸਕਦਾ। ਇਸ ਤੋਂ ਬਾਅਦ ਆਪਾਂ ਲੈਣਾ ਹੈਗਾ ਬਲੈਂਡਰ, ਠੀਕ ਹੈ। ਬਲੈਂਡਰ ਜਿਹੜਾ ਤੁਹਾਨੂੰ ਵਧੀਆ ਲੱਗਦਾ ਤੁਸੀਂ ਉਹ ਲੈ ਸਕਦੇ ਹੋ। ਮੈਂ ਲਿਆਂਦਾ ਸੀਗਾ ਯੂਡੀਓ ਤੋਂ ਤਾਂ ਮੈਨੂੰ ਬੜਾ ਬੈਸਟ ਲੱਗਿਆ। ਇਹਨੂੰ ਆਪਾਂ ਭਿਉਂ ਕੇ ਰੱਖਣਾ, ਪਾਣੀ ਦੇ ਵਿੱਚ ਭਿਉਂਣ ਤੋਂ ਬਾਅਦ ਚੰਗੀ ਤਰ੍ਹਾਂ ਨਿਚੋੜ ਲੈਣਾ। ਇਹਦੀ ਸ਼ੇਪ ਇੰਨੀ ਕੁ ਹੁੰਦੀ ਹੈ ਅਤੇ ਇਹ ਥੋੜ੍ਹਾ ਜਿਹਾ ਡਬਲ ਹੋ ਜਾਂਦਾ ਗਾ। ਉਸ ਤੋਂ ਬਾਅਦ ਇਹ ਤੁਹਾਨੂੰ ਗਿੱਲਾ ਗਿੱਲਾ ਲੱਗੂਗਾ, ਫਿਰ ਆਪਾਂ ਜਿਹੜਾ ਹੈਗਾ ਗਾ ਬਲੈਂਡ ਕਰਨਾ ਗਾ ਕੰਸੀਲਰ ਨੂੰ, ਠੀਕ ਹੈ ਜੀ। ਹੁਣ ਆਪਾਂ ਇਹਨੂੰ ਬਲੈਂਡ ਕਰਾਂਗੇ ਤਾਂ ਸੌਫਟ ਜੇ ਹੱਥ ਨਾਲ ਇਹਨੂੰ ਬਲੈਂਡ ਕਰਨਾ। ਹਾਂਜੀ ਤਾਂ ਆਪਾਂ ਇਹਨੂੰ ਸੌਫਟ ਜੇ ਹੱਥ ਨਾਲ ਇਹਨੂੰ ਬਲੈਂਡ ਕਰ ਲਿਆ, ਠੀਕ ਹੈ। ਤਾਂ ਹੁਣ ਆਪਾਂ ਇਹਦੇ ਯੂਜ਼ ਕਰਾਂਗੇ ਕੰਸੀਲਰ, ਠੀਕ ਆ। ਕੰਸੀਲਰ ਤੁਸੀਂ ਕੋਈ ਵੀ ਯੂਜ਼ ਕਰ ਸਕਦੇ ਹੋ। ਅੱਜ ਮੈਂ ਜਿਹੜਾ ਕੰਸੀਲਰ ਯੂਜ਼ ਕਰ ਰਹੀ ਹਾਂ ਉਹ ਮੈਂ ਤੁਹਾਨੂੰ ਦਿਖਾ ਦਿੰਦੀ ਹਾਂ। ਹਾਂਜੀ ਆਪਾਂ ਜਿਹੜਾ ਕੰਸੀਲਰ ਯੂਜ਼ ਕਰ ਰਹੇ ਹਾਂ ਜੀ ਉਹ ਕਰ ਰਹੇ ਹਾਂ ਫੈਸ਼ਨ ਕਲਰ ਦਾ 002, ਠੀਕ ਹੈ। ਇਹ ਫੇਅਰ ਸਕਿੱਨ ਲਈ ਹੁੰਦਾ ਗਾ। ਤਾਂ ਹੁਣ ਆਪਾਂ ਇਹਨੂੰ ਵੀ ਜਿਹੜਾ ਹੈਗਾ ਬਲੈਂਡਰ ਦੇ ਨਾਲ ਬਲੈਂਡ ਕਰ ਲਾਂਗੇ। ਅਤੇ ਚੰਗੇ ਤਰੀਕੇ ਨਾਲ ਬਲੈਂਡ ਕਰਨ ਤੋਂ ਬਾਅਦ ਹੁਣ ਆਪਾਂ ਯੂਜ਼ ਕਰਨਾ ਗਾ ਫਾਊਂਡੇਸ਼ਨ। ਫਾਊਂਡੇਸ਼ਨ ਜਿਹੜਾ ਮੈਂ ਯੂਜ਼ ਕਰ ਰਹੀ ਹਾਂ ਉਹ ਮੈਂ ਕਰ ਰਹੀ ਹਾਂ ਫੈਸ਼ਨ ਕਲਰ ਦਾ, ਠੀਕ ਹੈ, 02 ਨੰਬਰ ਹੈਗਾ।
ਤਾਂ ਜਿਵੇਂ ਮੈਂ ਫਿੱਟਮੀ ਦਾ ਵੀ ਯੂਜ਼ ਕਰਦੀ ਹਾਂ, ਫੈਸ਼ਨ ਕਲਰ ਦਾ ਵੀ ਯੂਜ਼ ਕਰ ਲੈਂਦੀ ਹੁੰਦੀ ਹਾਂ, ਠੀਕ ਆ, ਤਾਂ ਉਹ ਤੁਹਾਡੇ 'ਤੇ ਡਿਪੈਂਡ ਆ। ਵੈਸੇ ਜ਼ਿਆਦਾ ਮੈਂ ਤੁਹਾਨੂੰ ਰੈਕਮੈਂਡ ਕਰੂੰਗੀ ਵੀ ਤੁਸੀਂ ਯੂਜ਼ ਕਰਿਓ ਫਿੱਟਮੀ, ਠੀਕ ਆ। ਮੇਬਲਿਨ ਦਾ ਜਿਹੜਾ ਆਉਂਦਾ ਗਾ ਉਹ ਵਾਲਾ ਹੀ ਫਾਊਂਡੇਸ਼ਨ ਯੂਜ਼ ਕਰਿਓ, ਉਹ ਬੈਸਟ ਆ, ਠੀਕ ਆ। ਮੈਂ ਅੱਜ ਫੈਸ਼ਨ ਕਲਰ ਦਾ ਯੂਜ਼ ਕਰ ਰਹੀ ਹਾਂ, ਕਿਉਂ, ਕਿਉਂਕਿ ਮੇਰੇ ਕੋਲ ਫਿੱਟਮੀ ਦਾ ਜਿਹੜਾ ਹੈਗਾ ਮੇਬਲਿਨ ਵਾਲਾ ਉਹ ਖਤਮ ਹੋਇਆ ਹੋਇਆ, ਤਾਂ ਕਰਕੇ ਮੈਂ ਫੈਸ਼ਨ ਕਲਰ ਦਾ ਯੂਜ਼ ਕਰ ਰਹੀ ਹਾਂ। ਉਹ ਮੇਰਾ ਆਰਡਰ ਕੀਤਾ ਹੋਇਆ ਨਾਇਕਾ ਤੋਂ, ਤਾਂ ਤੁਸੀਂ ਵੀ ਜਿਹੜਾ ਹੈਗਾ ਮੇਬਲਿਨ ਦਾ ਫਿੱਟਮੀ ਦਾ ਯੂਜ਼ ਕਰ ਸਕਦੇ ਹੋ। ਹਾਂਜੀ, ਤਾਂ ਫਾਊਂਡੇਸ਼ਨ ਆਪਾਂ ਫੇਸ 'ਤੇ ਅਪਲਾਈ ਕਰ ਲਿਆ, ਠੀਕ ਹੈ, ਤਾਂ ਇਹਨੂੰ ਹੁਣ ਆਪਾਂ ਸੌਫਟ ਜਿਹੇ ਹੱਥਾਂ ਨਾਲ ਬਲੈਂਡ ਕਰਾਂਗੇ। ਹਾਂਜੀ, ਤਾਂ ਤੁਸੀਂ ਦੇਖ ਸਕਦੇ ਹੋ ਵੀ ਇੰਨੇ ਨਾਲ ਹੀ ਜਿਹੜੀ ਆਪਣੀਆਂ ਛਾਈਆਂ ਨੇ ਉਹ ਬਿਲਕੁਲ ਲੁਕ ਚੁੱਕੀਆਂ ਨੇ, ਬਿਲਕੁਲ ਵੀ ਨਹੀਂ ਦਿਖ ਰਹੀਆਂ। ਹਾਂਜੀ, ਤਾਂ ਆਪਾਂ ਹੁਣ ਫਾਊਂਡੇਸ਼ਨ ਨੂੰ ਬਲੈਂਡ ਕਰ ਲਿਆ, ਠੀਕ ਆ, ਤਾਂ ਇਹਨੂੰ ਆਪਾਂ ਫਾਊਂਡੇਸ਼ਨ ਨੂੰ ਤਾਂ ਜੋ ਪਸੀਨਾ ਨਾ ਆਵੇ, ਠੀਕ ਆ, ਮੇਕਅਪ ਕਾਲਾ ਨਾ ਪਵੇ, ਅਤੇ ਇਹਨੂੰ ਆਪਾਂ ਲੌਕ ਕਰ ਲਾਂਗੇ। ਲੌਕ ਕਿਹਦੇ ਨਾਲ ਕਰਾਂਗੇ ਆਪਾਂ? ਪਾਊਡਰ ਨਾਲ, ਠੀਕ ਹੈ ਜੀ। ਕਰਦਾ ਆਪਾਂ ਯੂਜ਼ ਕਰਾਂਗੇ ਫੈਸ਼ਨ ਕਲਰ ਦਾ ਲੂਜ਼ ਪਾਊਡਰ, ਬਿਲਕੁਲ ਹਲਕਾ ਜਿਹਾ। ਹਾਂਜੀ, ਆਪਾਂ ਬਿਲਕੁਲ ਹਲਕਾ ਜਿਹਾ, ਠੀਕ ਹੈ, ਜਿਹੜਾ ਹੈਗਾ ਗਾ ਲੂਜ਼ ਪਾਊਡਰ ਨਾਲ ਇਹਨੂੰ ਲੌਕ ਕਰ ਲਾਂਗੇ ਸਕਿਨ ਨੂੰ। ਹਾਂਜੀ, ਤਾਂ ਸਕਿਨ ਨੂੰ ਆਪਾਂ ਚੰਗੀ ਤਰ੍ਹਾਂ ਲੂਜ਼ ਪਾਊਡਰ ਨਾਲ, ਠੀਕ ਆ, ਲੌਕ ਕਰ ਲਿਆ। ਤਾਂ ਹੁਣ ਹੁਣ ਆਪਾਂ ਕੀ ਕਰਾਂਗੇ? ਫੇਸ ਸਪਰੇ, ਠੀਕ ਹੈ, ਹੁਣ ਆਪਾਂ ਸਪਰੇ ਕਰ ਲਾਂਗੇ। ਸਪਰੇ ਆ ਜਿਹੜੀ ਐਵੇਂ ਯੂਜ਼ ਕੀਤੀ ਹੈਗੀ ਜੀ ਫੈਸ਼ਨ ਕਲਰ ਦੀ, ਠੀਕ ਹੈ, 24 hours ਲਾਸਟਿੰਗ ਮੇਕਅਪ ਸਪਰੇ ਆ, ਬਹੁਤ ਵਧੀਆ ਰਿਜ਼ਲਟ ਹੈ ਇਹਦਾ ਵੀ। ਤਾਂ ਹੁਣ ਆਪਾਂ ਕੀ ਆ ਇਹਨੂੰ ਬਲੈਂਡਰ ਨਾਲ ਬਲੈਂਡ ਕਰ ਲਾਂਗੇ। ਤਾਂ ਹੁਣ ਆਪਾਂ 2 ਮਿੰਟ ਲਈ ਫੇਸ ਨੂੰ ਇੱਦਾਂ ਹੀ ਰੱਖ ਲਾਂਗੇ। ਹਾਂਜੀ, 2 ਮਿੰਟ ਤੋਂ ਬਾਅਦ ਮੈਂ ਤੁਹਾਨੂੰ ਬਲੱਸ਼ਰ ਦੱਸਦੀ ਹੁੰਦੀ ਹਾਂ, ਠੀਕ ਹੈ, ਵੀ ਇਹ ਵਾਲਾ ਬਲੱਸ਼ ਵੀ ਯੂਜ਼ ਹੋ ਜਾਂਦਾ ਅਤੇ ਲਿਪਸ 'ਤੇ ਵੀ ਯੂਜ਼ ਹੋ ਜਾਂਦੀ ਹੈ ਲਿਪ ਬਾਮ ਦੀ ਤਰ੍ਹਾਂ, ਠੀਕ ਹੈ। ਤਾਂ ਹੁਣ ਆਪਾਂ ਇਹਨੂੰ ਕੀ ਆ ਬਲੱਸ਼ਰ ਦੀ ਤਰ੍ਹਾਂ ਯੂਜ਼ ਕਰਾਂਗੇ। ਇਹਨੂੰ ਮੈਂ ਹੱਥ ਨਾਲ ਹੀ ਸੈੱਟ ਕਰ ਲੈਂਦੀ ਹੁੰਦੀ ਹਾਂ। ਹਾਂਜੀ, ਤਾਂ ਬਲੱਸ਼ਰ ਨੂੰ ਆਪਾਂ ਕਰ ਲਿਆ, ਬਲੱਸ਼ਰ ਨੂੰ ਆਪਾਂ ਕਰ ਲਿਆ ਸੈੱਟ। ਤਾਂ ਹੁਣ ਆਪਾਂ ਯੂਜ਼ ਕਰਾਂਗੇ, ਠੀਕ ਹੈ, ਮਸਕਾਰਾ। ਮਸਕਾਰਾ ਸਭ ਤੋਂ ਜਿਹੜਾ ਬੈਸਟ ਮੈਨੂੰ ਲੱਗਿਆ ਡੇਲੀ ਲਾਈਫ ਫੋਰ ਐਵਰ 52 ਪੂਰਾ ਘੈਂਟ ਮਸਕਾਰਾ ਗਾ।
ਆਈ ਸ਼ੈਡੋ ਮੈਂ ਨਹੀਂ ਯੂਜ਼ ਕੀਤਾ ਕਿਉਂਕਿ ਡੇਲੀ ਮੇਕਅਪ ਆ ਤਾਂ ਉਹ ਜ਼ਿਆਦਾ ਓਵਰ ਹੋ ਜਾਂਦਾ ਗਾ ਅਤੇ ਕੱਜਲ ਵੀ ਆਪਾਂ ਨਹੀਂ ਯੂਜ਼ ਕਰਾਂਗੇ ਕਿਉਂ ਕਿਉਂਕਿ ਗਰਮੀ ਦੇ ਵਿੱਚ ਕੱਜਲ ਫੈਲ ਜਾਂਦਾ ਹੁੰਦਾ ਬਟ ਹਾਂ ਤੁਸੀਂ ਜਿਨ੍ਹਾਂ ਨੂੰ ਕੱਜਲ ਪਾਉਣਾ ਪਸੰਦ ਆ ਕਮੈਂਟ ਕਰ ਦਿਓ ਵੀ ਤੁਹਾਡੇ ਲਈ ਫਿਰ ਮੈਂ ਸਪੈਸ਼ਲ ਵੀਡੀਓ ਬਣਾ ਦੂੰਗੀ ਵੀ ਤਾਂ ਜੋ ਗਰਮੀ ਦੇ ਵਿੱਚ ਤੁਸੀਂ ਕੱਜਲ ਪਾ ਸਕਦੇ ਹੋ ਜਿਹੜਾ ਬਿਲਕੁਲ ਨਾ ਫੈਲੇ ਠੀਕ ਹੈ ਉਹ ਪਾਰਟੀ ਮੇਕਅਪ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸ ਦੂੰਗੀ ਹਾਂਜੀ ਤਾਂ ਆਪਾਂ ਮਸਕਾਰਾ ਯੂਜ਼ ਕਰ ਚੁੱਕੇ ਹਾਂ ਠੀਕ ਹੈ ਅਤੇ ਹੁਣ ਆਪਾਂ ਯੂਜ਼ ਕਰ ਰਹੇ ਹਾਂ ਲਿਪਸਟਿਕ ਲਿਪਸਟਿਕ ਜਿਹੜੀ ਮੇਰੇ ਕੋਲ ਹੈਗੀ ਇਹ ਹੈਗੀ ਹੈ ਮੈਬਲੀਨ ਦੀ ਠੀਕ ਹੈ 24 ਨੰਬਰ ਹੈ ਇਹਦਾ ਬਹੁਤ ਹੀ ਜ਼ਿਆਦਾ ਸੋਹਣਾ ਕਲਰ ਆ ਆਲਮੋਸਟ ਮੈਂ ਇਹੀ ਲਿਪਸਟਿਕ ਯੂਜ਼ ਕਰਦੀ ਹਾਂ ਹਾਂਜੀ ਤਾਂ ਆਪਾਂ ਲਿਪਸਟਿਕ ਹੈ ਜਿਹੜੀ ਯੂਜ਼ ਕਰ ਲਈ ਹੈ ਠੀਕ ਆ ਅਤੇ ਹੁਣ ਆਪਣਾ ਰਹਿ ਗਿਆ ਆਈ ਸ਼ੈਡੋ ਦਾ ਠੀਕ ਹੈ ਆਈ ਸ਼ੈਡੋ ਦੇ ਲਈ ਜਿਹੜੀ ਪੈਲਟ ਮੈਂ ਯੂਜ਼ ਕਰਦੀ ਹਾਂ ਉਹ ਫੈਸ਼ਨ ਕਲਰ ਦੀ ਆ ਇਹਦੇ ਵਿੱਚ ਕੀ ਹੈ ਬਲੈਕ ਕਲਰ ਵੀ ਹੁੰਦਾ ਲਾਈਟ ਬਰਾਊਨ ਵੀ ਅਤੇ ਡਾਰਕ ਬਰਾਊਨ ਵੀ ਜਿੱਦਾਂ ਵੀ ਤੁਹਾਡੇ ਆਈਬ੍ਰੋ ਦਾ ਕਲਰ ਆ ਤੁਸੀਂ ਉੱਦਾਂ ਇਹਨੂੰ ਫਿਲ ਕਰ ਸਕਦੇ ਹੋ ਹਾਂਜੀ ਤਾਂ ਆਪਣਾ ਜਿਹੜਾ ਮੇਕਅਪ ਆ ਠੀਕ ਆ ਉਹ ਪ੍ਰੋਪਰ ਹੋ ਗਿਆ ਡਨ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰੀ ਜੀ ਲੁੱਕ ਆਈ ਆ ਠੀਕ ਆ ਡੇਲੀ ਮੇਕਅਪ ਤੁਸੀਂ ਸਮਰ ਦੇ ਵਿੱਚ ਇੱਦਾਂ ਕਰ ਸਕਦੇ ਹੋ ਨਾ ਹੀ ਤਾਂ ਤੁਹਾਡਾ ਮੇਕਅਪ ਖਰਾਬ ਹੋਊਗਾ ਨਾ ਹੀ ਤੁਹਾਡੀਆਂ ਪਿਗਮੈਂਟੇਸ਼ਨ ਦਿਖਣਗੀਆਂ ਹਾਂ ਨੈਕਸਟ ਵੀਡੀਓ ਫਿਰ ਲੈ ਕੇ ਆਊਂਗੀ ਜੇ ਤੁਸੀਂ ਕਮੈਂਟ ਕਰੋਗੇ ਵੀਡੀਓ ਨੂੰ ਸ਼ੇਅਰ ਕਰੋਗੇ ਠੀਕ ਹੈ ਜੇ ਤੁਹਾਡੇ ਪਿੰਪਲਸ ਨੇ ਉਹਦੇ ਲਈ ਤੁਸੀਂ ਕਿੱਦਾਂ ਦਾ ਮੇਕਅਪ ਕਰ ਸਕਦੇ ਹੋ ਜੇ ਡਾਰਕ ਪਿੰਪਲ ਨੇ ਉਹਦੇ ਲਈ ਕਿੱਦਾਂ ਦਾ ਕਰ ਸਕਦੇ ਹੋ ਰੈੱਡ ਪਿੰਪਲ ਨੇ ਉਹਦੇ ਲਈ ਕਿੱਦਾਂ ਦਾ ਕਰ ਸਕਦੇ ਹੋ ਠੀਕ ਹੈ ਅਤੇ ਹਾਂ ਜੇ ਕੱਜਲ ਪਾਉਣ ਦਾ ਸ਼ੌਂਕ ਆ ਤਾਂ ਕੱਜਲ ਨਾ ਫੈਲੇ ਗਰਮੀ ਦੇ ਵਿੱਚ ਉਹ ਕੱਜਲ ਕਿੱਦਾਂ ਲਗਾ ਸਕਦੇ ਹੋ ਮੈਂ ਵੀਡੀਓ ਨੈਕਸਟ ਵੀਡੀਓ ਦੇ ਵਿੱਚ ਤਾਂ ਲੈ ਕੇ ਆਊਂਗੀ ਜੇ ਤੁਸੀਂ ਕਮੈਂਟ ਕਰਕੇ ਦੱਸੋਗੇ ਠੀਕ ਆ ਵੀ ਤੁਹਾਨੂੰ ਉਹ ਵੀਡੀਓ ਚਾਹੀਦੀ ਹੈ ਅਤੇ ਇਹ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਿਓ ਕਿੱਦਾਂ ਦਾ ਲੱਗਿਆ ਮੇਕਅਪ ਮੈਨੂੰ ਤਾਂ ਬਹੁਤ ਪਸੰਦ ਆਇਆ ਕਿਉਂਕਿ ਮੇਰਾ ਤਾਂ ਆਪਦਾ ਮੇਕਅਪ ਹੈ ਨਾ ਮੈਂ ਨਹੀਂ ਮਿੰਦੂੰਗੀ ਹੈ ਨਾ ਬਾਕੀ ਤੁਹਾਡੇ ਹੱਥ 'ਚ ਆ ਤੁਸੀਂ ਦੱਸਣਾ ਗਾ ਵੀ ਕਿੱਦਾਂ ਦਾ ਲੱਗਿਆ ਇਹੀ ਮੇਕਅਪ ਹੈ ਸੂਟ ਦੇ ਨਾਲ ਠੀਕ ਹੈ ਤੁਸੀਂ ਟੌਪ ਦੇ ਨਾਲ ਜੀਨ ਦੇ ਨਾਲ ਡਰੈਸ ਦੇ ਨਾਲ ਜਿੱਦਾਂ ਜੋ ਵੀ ਤੁਸੀਂ ਡਰੈਸ ਵੀਅਰ ਕਰਨੀ ਆ ਉਹਦੇ ਨਾਲ ਤੁਸੀਂ ਇਹ ਮੇਕਅਪ ਕਰ ਸਕਦੇ ਹੋ ਬਹੁਤ ਹੀ ਪਿਆਰੀ ਜੀ ਲੁੱਕ ਆਉਂਦੀ ਆ ਅਤੇ ਬਿਲਕੁਲ ਨਹੀਂ ਲੱਗਦਾ ਇਹ ਮੇਕਅਪ ਕੀਤਾ ਗਾ ਇੱਦਾਂ ਲੱਗਦਾ ਹੁੰਦਾ ਵੀ ਤੁਹਾਡੀ ਨੈਚੁਰਲ ਹੀ ਸਕਿੰਨ ਆ ਜਿਹੜੀ ਇੱਦਾਂ ਦੀ ਲੱਗਦੀ ਆ ਅਤੇ ਇੱਕ ਮੈਂ ਹਾਈਲਾਈਟਰ ਵੀ ਨਹੀਂ ਯੂਜ਼ ਕੀਤਾ ਕਿਉਂ ਨਹੀਂ ਕੀਤਾ ਕਿਉਂਕਿ ਦਿਨੇ ਗਰਮੀਆਂ ਦੇ ਵਿੱਚ ਹਾਈਲਾਈਟਰ ਆ ਜਿਹੜਾ ਉਹ ਬਿਲਕੁਲ ਵਧੀਆ ਨਹੀਂ ਲੱਗਦਾ ਹੁੰਦਾ ਕਿਉਂਕਿ ਕਈ ਵਾਰ ਤਾਂ ਆਪਾਂ ਦੇਖੋ ਏਸੀ ਦੇ ਵਿੱਚ ਜੌਬ ਕਰਦੇ ਹਾਂ ਕਈ ਵਾਰ ਆਪਾਂ ਏਸੀ ਦੇ ਵਿੱਚ ਨਹੀਂ ਜੌਬ ਕਰਦੇ ਠੀਕ ਆ ਤਾਂ ਉਹ ਥੋੜ੍ਹਾ ਜਿਹਾ ਔਕਵਰਡ ਜਿਹਾ ਲੱਗਦਾ ਕਿਉਂਕਿ ਮੈਂ ਹਾਈਲਾਈਟਰ ਜਿਹੜਾ ਉਹ ਨਾਈਟ ਫੰਕਸ਼ਨ ਦੇ ਵਿੱਚ ਹੀ ਯੂਜ਼ ਕਰਨਾ ਪ੍ਰੈਫਰ ਕਰਦੀ ਹੁੰਦੀ ਹਾਂ ਵੀ ਉਦੋਂ ਯੂਜ਼ ਕਰਨਾ ਚਾਹੀਦਾ ਕਿਉਂਕਿ ਉਹਦੀ ਸਕਿੰਨ ਨੂੰ ਇੱਦਾਂ ਹੁੰਦਾ ਵੀ ਲਾਈਟਿੰਗ ਹੁੰਦੀ ਆ ਤਾਂ ਸਕਿੰਨ ਚਮਕਦੀ ਆ ਦਿਨੇ ਕੀ ਆ ਦਿਨੇ ਤਾਂ ਜ਼ਰੂਰਤ ਨਹੀਂ ਹੁੰਦੀ ਆਪਾਂ ਨੂੰ ਹਾਈਲਾਈਟਰ ਦੀ ਤਾਂ ਲੋੜ ਨਹੀਂ ਗੀ ਸਿਰਫ ਆਪਾਂ ਬਲੱਸ਼ਰ ਨਾਲ ਹੀ ਕੰਮ ਚਲਾ ਲੈਂਦੇ ਹੁੰਦੇ ਹਾਂ ਬਲੱਸ਼ਰ ਲਗਾਉਣ ਤੋਂ ਬਾਅਦ ਹੀ ਜਿਹੜਾ ਫੇਸ ਆ ਉਹ ਗਲੋ ਕਰਨ ਲੱਗ ਜਾਂਦਾ ਗਾ ਸਹੀ ਲੱਗਣ ਲੱਗ ਜਾਂਦਾ ਠੀਕ ਆ ਤਾਂ ਉਮੀਦ ਕਰਦੀ ਹਾਂ ਤੁਹਾਨੂੰ ਮੇਰਾ ਇਹ ਵਾਲਾ ਮੇਕਅਪ ਵਧੀਆ ਲੱਗਿਆ ਹੋਣਾ ਤਾਂ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਿਓ ਨੈਕਸਟ ਵੀਡੀਓ ਦੱਸਿਆ ਵੀ ਤਿੰਨਾਂ 'ਚੋਂ ਕਿਹੜੀ ਲੈ ਕੇ ਆਈਏ ਠੀਕ ਆ ਤਾਂ ਆਪਾਂ ਨੈਕਸਟ ਵੀਡੀਓ ਉਹੀ ਲੈ ਕੇ ਆਵਾਂਗੇ ਅਤੇ ਰਹੀ ਗੱਲ ਹਾਂਜੀ ਵੇਟ ਦੀ ਵੇਟ ਮੇਰਾ ਹੋ ਗਿਆ ਸੀਗਾ 62 ਤਾਂ ਹੁਣ ਮੇਰਾ 60 ਹੋ ਗਿਆ 2 ਕਿਲੋ ਮੈਂ ਘਟਾ ਲਿਆ 5 ਕਿਲੋ ਦਾ ਹੋਰ ਟਾਰਗੇਟ ਆ ਜਦੋਂ 5 ਕਿਲੋ ਘਟਾ ਲਿਆ ਦੈਨ ਇਸ ਤੋਂ ਬਾਅਦ ਮੈਂ ਤੁਹਾਡੇ ਨਾਲ ਸਾਰੀ ਜਰਨੀ ਸਟਾਰਟ ਕਰੂੰਗੀ ਡੇਲੀ ਤੁਹਾਨੂੰ ਐਕਸਰਸਾਈਜ਼ ਦੱਸਿਆ ਕਰੂੰਗੀ ਵੀ ਡੇਲੀ ਤੁਸੀਂ ਕਿਹੜੀ ਐਕਸਰਸਾਈਜ਼ ਕਰਨੀ ਹੈ ਤਾਂ ਉਸ ਤੋਂ ਬਾਅਦ ਆਪਾਂ ਵੇਟ ਘਟਾਵਾਂਗੇ ਠੀਕ ਹੈ ਬਿਲਕੁਲ ਫ੍ਰੀ ਆਫ ਕੋਸਟ ਸਿਰਫ ਤੁਸੀਂ ਮੇਰੇ ਯੂਟਿਊਬ ਚੈਨਲ ਨੂੰ ਦੇਖਣਾ ਗਾ ਅਤੇ ਮੈਨੂੰ ਫੋਲੋ ਕਰਨਾ ਗਾ ਹਾਂਜੀ ਤਾਂ ਇਹ ਸੀਗਾ ਅੱਜ ਦਾ ਆਪਣਾ ਮੇਕਅਪ ਠੀਕ ਆ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ
ਬਹੁਤ ਸੋਹਣਾ ਮੇਕਅਪ ਹੋਇਆ ਗਾ, ਬਹੁਤ ਜ਼ਿਆਦਾ ਸੋਹਣੀ ਲੁੱਕ ਦੇ ਨਾਲ, ਠੀਕ ਆ। ਤਾਂ ਡੇਲੀ ਦੇ ਵਿੱਚ ਤੁਸੀਂ ਇੱਦਾਂ ਦਾ ਮੇਕਅਪ ਕਰ ਸਕਦੇ ਹੋ ਤਾਂ ਜੋ ਤੁਹਾਡੀਆਂ ਪਿਗਮੈਂਟੇਸ਼ਨ ਵੀ ਨਾ ਦਿਖਣ, ਤੁਹਾਡੇ ਪਿੰਪਲਸ ਦੇ ਦਾਗ ਵੀ ਨਾ ਦਿਖਣ, ਠੀਕ ਹੈ। ਅਤੇ ਬਾਕੀ ਤੁਸੀਂ ਦੇਖ ਸਕਦੇ ਹੋ ਮੇਰਾ ਫੇਸ ਤਾਂ ਬਹੁਤ ਜ਼ਿਆਦਾ ਸੋਹਣਾ ਲੱਗ ਰਿਹਾ, ਅਤੇ ਤੁਹਾਡਾ ਵੀ ਫੇਸ ਇੱਦਾਂ ਹੀ ਸੋਹਣਾ ਲੱਗੂਗਾ। ਤਾਂ ਤੁਸੀਂ ਮੇਰੀ ਵੀਡੀਓ ਨੂੰ ਲਾਈਕ ਕਰਿਓ, ਸ਼ੇਅਰ ਕਰਿਓ ਅਤੇ ਕਮੈਂਟ ਕਰਕੇ ਦੱਸਿਓ। ਮੈਂ ਪਿੱਛੇ ਤੁਹਾਨੂੰ ਦੱਸਿਆ ਹੋਇਆ ਗਾ, ਠੀਕ ਆ, ਵੀ ਜੀ ਜਿਹੜੀ ਵੀ ਵੀਡੀਓ ਤੁਹਾਨੂੰ ਚਾਹੀਦੀ ਹੋਈ ਤਾਂ ਉਹ ਆਪਾਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗੇ। ਥੈਂਕ ਯੂ, ਬਾਏ ਬਾਏ।